ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦੇ ਜੀ। ਅੱਜ ਆਪਾਂ ਪਹੁੰਚੇ ਹਾਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਗੁਰਦੁਆਰਾ ਸਾਹਿਬ, ਜਿਹਨੂੰ ਕਿ ਨਾਨਕਸਰ ਕਿਹਾ ਜਾਂਦਾ ਜੀ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਆਪਾਂ ਪਹੁੰਚੇ ਹਾਂ ਨਾਨਕਸਰ, ਨਾਨਕਸਰ ਭਗਤੀ ਦਾ ਘਰ। ਦੇਖੋ ਤਲਾਬ, ਸਟਾਰਟਿੰਗ ਦੇ ਵਿੱਚ ਹੀ ਤਲਾਬ, ਇਸ਼ਨਾਨ ਕਰਕੇ ਜਿਹਨੇ ਪੰਜ ਇਸ਼ਨਾਨਾਂ ਕਰ ਦੇਣਾ, ਇਸ਼ਨਾਨ ਕਰਨਾ ਬਣਿਆ ਹੋਇਆ। ਇੱਥੇ ਮਿਸ਼ਰੀ ਚੜ੍ਹਦੀ ਹੈ ਜੀ, ਇੱਥੇ ਪੈਸੇ ਚੜ੍ਹਦੇ ਨਹੀਂ ਗੇ। ਅਸੀਂ ਮੱਥਾ ਟੇਕਣਾ ਹੁੰਦਾ ਮਿਸ਼ਰੀ ਦਾ ਟੇਕ ਸਕਦੇ ਹਾਂ। ਸਕੂਲ ਵਾਲੇ ਬੱਚੇ ਅੱਜ ਮੱਥਾ ਟੇਕਣ ਆਏ ਵੇ ਆ। ਅੰਦਰ ਗੁਰੂ ਮਹਾਰਾਜ ਦੀ ਬੀੜ ਪ੍ਰਕਾਸ਼ ਆ। ਇੱਥੇ ਜਿਹੜਾ ਮੇਨ ਦਰਬਾਰ ਸਾਹਿਬ ਆ ਉਹ ਅੱਗੇ ਆ ਅਜੇ, ਅਤੇ ਵਧੀਆ ਸੋਹਣਾ ਗੁਰਦੁਆਰਾ। ਨਾਨਕਸਰ ਭਗਤੀ ਦਾ ਘਰ, ਸਕੂਲ ਵਾਲੇ ਬੱਚੇ ਅੱਜ ਮੱਥਾ ਟੇਕਣ ਆਏ ਆ। ਬਹੁਤ ਸੋਹਣਾ ਹਾਲ ਬਣਿਆ ਹੋਇਆ ਇੱਥੇ ਬਹਿਣ ਨੂੰ ਸੰਗਤ ਦੇ। ਮਿਸ਼ਰੀ ਬਾਬੇ ਨੂੰ ਬੁਲਾ ਦਿੱਤੀ ਜਾਂਦੀ ਹੈ, ਇੱਥੋਂ ਫਿਰ ਬਾਬੇ ਪ੍ਰਸ਼ਾਦ ਦੇਈ ਜਾਂਦੇ ਨੇ। ਇੱਥੇ ਮਿਸ਼ਰੀ ਚੜ੍ਹਦੀ ਹੈ, ਆਪਣਾ ਮੇਨ ਦਰਬਾਰ ਸਾਹਿਬ ਆ ਇੱਥੇ। ਜਗ੍ਹਾ ਦੀ ਜਿਹੜੀ ਖਾਸੀਅਤ ਮੈਨੂੰ ਲੱਗੀ ਆ ਜੀ, ਇੱਥੇ ਕਿਤੇ ਵੀ ਗੋਲਖ ਨਹੀਂ ਰੱਖਿਆ ਹੋਇਆ, ਅਤੇ ਪੈਸੇ ਨਹੀਂ ਛੱਡਦੇ, ਗੋਲਖ ਨਹੀਂ ਰੱਖੇ ਕਿਸੇ ਵੀ, ਜਿੱਥੇ ਵੀ ਗੁਰੂ ਮਹਾਰਾਜ ਦੀ ਬੀੜ ਪ੍ਰਕਾਸ਼ ਆ, ਅਤੇ ਸਾਨੂੰ ਸੱਚਖੰਡ ਭੂਰਾ ਸਾਹਿਬ ਆ ਜੀ। ਭੂਰਾ ਸਾਹਿਬ ਦੇ ਵਿੱਚ ਸਾਰੇ ਦਰਸ਼ਨ ਨਹੀਂ ਕਰ ਸਕਦੇ, ਉੱਥੇ ਜਿਹੜਾ ਬੰਦਾ ਪਾਠ ਕਰਦਾ ਰੈਗੂਲਰ, ਉੱਥੇ ਲਿਖਿਆ ਵੀ ਹੋਇਆ ਮਹੀਨੇ ਦੇ ਵਿੱਚ ਸ਼੍ਰੀ ਅਕਾਲ ਗ੍ਰੰਥ ਸਾਹਿਬ ਜੀ ਦੇ ਪਾਠ ਕਰਨਾ ਜਾਂ ਕਰਵਾਉਣਾ ਜਾਂ 50 ਪਾਠ 619 ਸਾਹਿਬ ਜੀ ਦੇ ਘਰ ਉੱਤੇ ਜਿਹਦੇ ਕਰਨੇ, ਜਾਂ 250 ਪਾਠ ਸਾਹਿਬ ਜੀ ਦੇ ਘਰ, ਪਹਿਲੀ ਪੌੜੀ ਦੀਆਂ 6 ਮਾਲਾ, 104 ਮਣਕੇ ਦੀਆਂ ਮਾਲਾ, ਨਾਨਕ ਹੋਸ਼ੀ ਪੀ ਸੱਚ ਤੱਕ ਫੇਰਨੀਆਂ, ਜਾਂ ਵਾਹਿਗੁਰੂ ਸ਼ਬਦ ਦੀਆਂ 40 ਮਾਲਾ, ਜਾਂ ਰਾਮ ਰਾਮ 30 ਮਾਲਾ ਹਰ ਰੋਜ਼ ਫੇਰਨੀਆਂ ਹਨ। ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਵੱਲੋਂ ਜੀਵਾਂ ਦੇ ਭਲੇ ਲਈ ਬਚਨ ਭੁੱਲੇ ਚ ਮੱਥਾ ਟੇਕ ਸਕਦੇ ਆ। ਸ਼੍ਰੀ ਅਕਾਲ।
ਇੱਧਰ ਲੜੀਦਾਰ ਪਾਰ ਚੱਲ ਰਹੇ ਨੇ। ਸੋਹਣਾ ਖੁੱਲ੍ਹਾ ਦਰਬਾਰ ਬਣਿਆ ਹੋਇਆ ਜੀ। ਅਤੇ ਮੇਨ ਗੱਲ ਫਿਰ ਉਹੀ ਆ ਵੀ ਇੱਥੇ ਕਿਸੇ ਵੀ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਖੁੱਲ੍ਹੇ ਹੋਏ ਨੇ, ਪ੍ਰਕਾਸ਼ ਹੋਏ ਹੋਏ ਨੇ, ਅਤੇ ਉਹਨਾਂ ਦੇ ਅੱਗੇ ਕਿਤੇ ਵੀ ਉਲਖ ਨਹੀਂ ਰੱਖੇ ਹੋਏ ਅਤੇ ਕਿਤੇ ਵੀ ਮਾਇਆ ਨਹੀਂ ਚੜ੍ਹਦੀ। ਉੱਥੇ ਸਿਰਫ ਆਪਣੀ ਸ਼ਰਧਾ ਵਾਲਾ ਬੰਦਾ ਮਿਸ਼ਰੀ ਲੈ ਕੇ ਆਉਂਦਾ ਅਤੇ ਬਸ ਉਹ ਮਿਸ਼ਰੀ ਦੇ ਜਿਹਨੇ ਪ੍ਰਸ਼ਾਦ ਉੱਥੇ ਦਿੰਦੇ ਆ ਚੜ੍ਹਾ ਕੇ, ਅਤੇ ਉਹ ਪ੍ਰਸ਼ਾਦ ਤੁਹਾਨੂੰ ਦੇਗ ਵਜੋਂ ਮਿਲ ਜਾਂਦਾ ਮਿਸ਼ਰੀ ਦਾ ਹੀ। ਇੱਧਰ ਵੀ ਮੈਂ ਤੁਹਾਨੂੰ ਦਿਖਾਉਣਾ, ਇੱਥੇ ਵੀ ਗੋਲਖ ਹੈ ਨਹੀਂ ਗਾ, ਅਤੇ ਗੁਰੂ ਮਹਾਰਾਜ ਦੀ ਬੀੜ ਪ੍ਰਕਾਸ਼ ਆ। ਇੱਧਰ ਲੰਗਰ ਹਾਲ ਆ ਜੀ, ਲੰਗਰ ਛਕਣ ਵਾਸਤੇ ਵਧੀਆ ਜਗ੍ਹਾ ਬਣੀ। ਇਹਦੇ ਨਾਲ ਹੀ ਮੇਰੀ ਵੀਡੀਓ ਇੱਥੇ ਫਿਨਿਸ਼ ਹੁੰਦੀ ਆ ਜੀ। ਹੋਪਫੁਲੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।